ਅਕਾਲੀ ਦਲ ਨਾਲ ਗੱਠਜੋੜ ਤੋੜਨ ਦੀ ਸੋਚ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਹੁਣ ਅਕਾਲੀ ਦਲ ਨੇ ਵੀ ਅੱਖਾਂ ਵਿਖਾਈਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਇਸ ਪਹਿਲਕਦਮੀ ਨੂੰ ਵੇਖਦਿਆਂ ਹੋਇਆ ਅਕਾਲੀ ਦਲ ਵੀ ਗੱਠਜੋੜ ਤੋੜਨ ਨੂੰ ਲੈ ਕੇ ਵਿਚਾਰ ਚਰਚਾ ਕਰੇਗਾ। ਸੇਖਵਾਂ ਨੇ ਗੁਰਦਾਸਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਵੀ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਗੱਠਜੋੜ 'ਤੇ ਚਰਚਾ ਕਰੇਗਾ। ਜਿਹੜੇ ਅਲਾਇੰਸ ਨੇ ਇਹ ਤਾਂ ਹੀ ਬਣਦੇ ਆ ਅਤੇ ਤਾਂ ਹੀ ਰਹਿ ਸਕਦੇ ਆ ਜੇ ਦੋਵੇਂ ਧਿਰਾਂ ਇੱਕ ਦੂਜੇ ਦੀ ਲੋੜ ਮਹਿਸੂਸ ਕਰਨਗੀਆਂ। ਇੱਕ ਧਿਰ ਅਲਾਇੰਸ ਰੱਖਣਾ ਚਾਹੇ ਤਾਂ ਕਦੀ ਵੀ ਅਲਾਇੰਸ ਨਹੀਂ ਰਹਿ ਸਕਦਾ। ਅਲਾਇੰਸ ਦੋ ਧਿਰਾਂ ਦੀ ਸਹਿਮਤੀ ਨਾਲ ਹੀ ਰੱਖਿਆ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣਾ ਭਾਰਤੀ ਜਨਤਾ ਪਾਰਟੀ ਦਾ ਇੱਕ ਧਿਰ ਦੇ ਤੌਰ 'ਤੇ ਨਾਲ ਖੜ੍ਹਾ ਆ, ਬਹੁਤ ਪੁਰਾਣਾ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਤਾ ਆ। ਲੇਕਿਨ ਜੇ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ ਚਾਹੁਣਗੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਨਾਤਾ ਰੱਖਣਾ ਤਾਂ ਇਹ ਉਹਨਾਂ ਦੀ ਆਪਣੀ ਸੋਚ ਆ। ਅਸੀਂ ਵੀ ਫਿਰ ਉਸ ਤੋਂ ਬਾਅਦ ਆਪਣੀ ਕੋਰ ਕਮੇਟੀ, ਸਾਡੇ ਪ੍ਰਧਾਨ ਸਾਹਿਬ, ਸਾਡੇ ਸਰਪ੍ਰਸਤ, ਅਸੀਂ ਵੀ ਬਹਿ ਕੇ ਫੈਸਲਾ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਉਹਨਾਂ ਨਾਲ ਨਾਤਾ ਰੱਖਣਾ ਕਿ ਨਹੀਂ ਰੱਖਣਾ। ਇਹ ਲੋੜਾਂ ਹੀ ਇੱਕ ਦੂਜੇ ਨਾਲ ਜੋੜ ਕੇ ਰੱਖਦੀਆਂ ਨੇ। ਸੋ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਪੁਰਾਣਾ ਨਾਤਾ ਇਹ ਬਣਿਆ ਰਹਿਣਾ ਚਾਹੀਦਾ ਆ, ਲੇਕਿਨ ਇੱਕ ਜਣਾ ਬਣਾ ਕੇ ਨਹੀਂ ਰੱਖ ਸਕਦਾ, ਦੋਵੇਂ ਧਿਰਾਂ ਮਹਿਸੂਸ ਕਰਨਗੀਆਂ ਅਤੇ ਤਾਂ ਹੀ ਇਹ ਨਾਤਾ ਬਣਿਆ ਰਹੇਗਾ। ਦੂਜੇ ਪਾਸੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਸਾਫ਼ ਕਰ ਚੁੱਕੇ ਹਨ ਕਿ ਉਹ ਭਾਜਪਾ ਨਾਲ ਰਿਸ਼ਤਾ ਕਦੇ ਨਹੀਂ ਤੋੜਨਗੇ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੂਡੇ।